ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਮਾੜੇ ਅੰਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਵੱਖ ਵੱਖ ਮਾਮਲਿਆਂ ਵਿੱਚ 820 ਗ੍ਰਾਮ ਹੈਰੋਇਨ 5000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ 4 ਸਨੈਚਰਾਂ ਨੂੰ ਕਾਬੂ ਕਰਕੇ 41 ਮੋਬਾਈਲ ਫੋਨ ਬਰਾਮਦ ਕੀਤੇ ਗਏ। ਸ਼੍ਰੀ ਕਨਵਰਦੀਪ ਕੌਰ IPS ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਣਯੋਗ DGP ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅੰਸਰਾਂ ਅਤੇ ਸ਼ਰਾਰਤੀ ਅੰਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਲੜੀ ਵਿੱਚ ਜ਼ਿਲ੍ਹਾ ਪੁਲਿਸ ਦੁਆਰਾ ਜ਼ਿਲ੍ਹਾ ਦੇ ਸਮੂਹ ਗਜ਼ਟਡ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ ਜੋ ਮੁਸਤੈਦੀ ਨਾਲ ਪੂਰੇ ਏਰੀਏ ਅੰਦਰ ਮਾੜੇ ਅੰਸਰਾਂ ਖਿਲਾਫ਼ ਕਾਰਵਾਈ ਕਰ ਰਹੀਆਂ ਹਨ। ਮਾਣਯੋਗ DGP ਪੰਜਾਬ ਜੀ ਦੀ ਹਦਾਇਤਾਂ ਦੇ ਅਨੁਸਾਰ ਕ੍ਰਿਮੀਨਲ ਐਕਟੀਵਿਟੀਜ਼ ਦੇ ਅਗੇਂਸਟ ਡਰਾਈਵ 'ਚ ਅਤੇ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਐਲੀਮੈਂਟਸ ਦੇ ਅਗੇਂਸਟ ਡਰਾਈਵ 'ਚ ਫਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਜਿੱਥੇ ਅਸੀਂ 3 ਕਮਰਸ਼ਲ ਕੁਆਂਟਿਟੀ ਦੇ NDPS ਦੇ ਕੇਸਾਂ 'ਚ ਅਲੱਗ ਅਲੱਗ ਬੰਦਿਆਂ ਨੂੰ ਅਰੈਸਟ ਕੀਤਾ ਹੈ। ਭਾਰੀ ਮਾਤਰਾ ਵਿੱਚ ਹੈਰੋਇਨ 800 ਗ੍ਰਾਮ ਹੈਰੋਇਨ ਅਤੇ 5000 ਤੋਂ ਉੱਪਰ ਨਸ਼ੀਲੀ ਗੋਲੀਆਂ ਜਿਹੜੀਆਂ ਰਿਕਵਰ ਕੀਤੀਆਂ। ਇੱਕ ਹੋਰ ਗੈਂਗ ਸਨੈਚਰਸ ਦਾ 4 ਸਨੈਚਰ ਕਾਬੂ ਕੀਤੇ, ਜਿਨ੍ਹਾਂ ਕੋਲੋਂ 41 ਮੋਬਾਈਲ ਰਿਕਵਰ ਕੀਤੇ ਹਨ, ਜੋ ਪਿਛਲੇ ਸਮੇਂ 'ਚ ਫਿਰੋਜ਼ਪੁਰ ਸ਼ਹਿਰ 'ਚ ਕਾਫੀ ਸਨੈਚਿੰਗ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਜਿਨ੍ਹਾਂ ਨੇ ਅੰਜਾਮ ਦਿੱਤਾ ਹੈ, ਉਹ ਸਾਰੇ ਫੜੇ ਗਏ ਨੇ। ਜਿਨ੍ਹਾਂ ਨੂੰ ਇਹ ਚੋਰ ਮੋਬਾਈਲ ਵੇਚਦੇ ਸੀ ਉਹ ਵੀ ਅਸੀਂ ਫੜੇ ਹਾਂ ਅਤੇ ਉਹਨਾਂ ਨੂੰ ਵੀ ਅਸੀਂ ਪ੍ਰੋਪਰਲੀ ਬੁੱਕ ਕੀਤਾ ਹੈ। ਮੈਮ, ਕੀ ਪਬਲਿਕ ਨੂੰ ਅਪੀਲ ਕਰਨੀ ਚਾਹੋਗੇ? ਕਈ ਦੁਕਾਨਦਾਰ ਜਿਹੜੇ ਹੈ ਵੀ ਲਾਲਚ 'ਚ ਆ ਜਾਂਦੇ ਆ ਔਰ ਮੋਬਾਈਲ ਖਰੀਦ ਲੈਂਦੇ ਆ, ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ? ਜਿਵੇਂ ਕਿ ਇਸ ਕੇਸ 'ਚ ਹੋਇਆ, ਜਿਹੜੇ ਸਨੈਚਿੰਗ ਜਾਂ ਚੋਰੀ ਦੀ ਚੀਜ਼ਾਂ ਖਰੀਦ ਕੇ ਅੱਗੇ ਵੇਚਦੇ ਹੈ ਅਤੇ ਉਹਨਾਂ ਨੂੰ ਐਕਸੈਪਟ ਕਰਦੇ ਹੈ, ਲਾਅ 'ਚ ਉਹਦੇ ਖਿਲਾਫ਼ ਬੜੀ ਸਖਤ ਪ੍ਰੋਵੀਜ਼ਨਸ ਹੈ ਅਤੇ ਉਹ ਸੈਕਸ਼ਨ 'ਚ ਇਹਨਾਂ ਨੂੰ ਬੁੱਕ ਕੀਤਾ ਗਿਆ ਹੈ। ਹੋਰ ਵੀ ਅੱਗੇ ਜੋ ਵੀ ਚੋਰੀ ਦਾ ਸਮਾਨ ਕਿਸੇ ਤੋਂ ਲੈ ਕੇ ਅੱਗੇ ਵੇਚਦੇ ਹੈ, ਸਾਰਿਆਂ ਨੂੰ ਬੁੱਕ ਕੀਤਾ ਜਾਏਗਾ ਅਤੇ ਅਰੈਸਟ ਕੀਤਾ ਜਾਏਗਾ। ਮੈਮ, ਜਿਹੜੀਆਂ ਟੋਕਸ ਟੈਬ ਕੀਤੀਆਂ ਗਈਆਂ 5000 ਵੱਡੀ ਮਾਤਰਾ ਦੇ ਵਿੱਚ ਹੈਗੀਆਂ ਨੇ, ਇਹ ਜਿਹੜੇ ਜਿਨ੍ਹਾਂ ਦੇ ਵੱਲੋਂ ਅੱਗੇ ਸਪਲਾਈ ਕਰਦੇ ਸੀ ਉਹ ਕਿਹੜੇ ਦੁਕਾਨਦਾਰ ਸੀ, ਉਹ ਆਈਡੈਂਟੀਫਾਈ ਹੋ ਪਾਏ? ਉਹ ਅਸੀਂ ਇਹ ਕਰ ਰਹੇ ਹਾਂ ਜੀ, ਬੈਕ ਲਿੰਕ ਸਾਰਿਆਂ ਦੇ ਟਰੇਸ ਕਰਾਂਗੇ। ਸਾਨੂੰ ਆਈਡੈਂਟੀਫਾਈਡ ਹੈ ਬੰਦੇ, ਪਰ ਕਿਉਂਕਿ ਅਰੈਸਟ ਕਰਨੇ ਰਹਿੰਦੇ ਹਾਂ ਇਸ ਕਰਕੇ ਹਲੇ ਉਹਦੇ ਨਾਮ ਨਹੀਂ ਦੱਸਾਂਗੇ, ਬਟ ਜਿੱਥੋਂ ਜਿੱਥੋਂ ਆ ਰਿਹਾ ਨਸ਼ਾ ਸਾਰੇ ਪਿੱਛੇ ਤੱਕ ਸਪਲਾਈ ਚੇਨ ਇਹਨਾਂ ਦੀ ਕਰਕੇ ਅਸੀਂ ਰਿਕਵਰ ਕਰਾਂਗੇ। ਮੈਮ, ਇਹਦੇ 'ਚ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਹੈ ਕਿ ਸਾਰੇ ਜਿਹੜੇ ਯੰਗਸਟਰ ਇਹਦੇ ਵਿੱਚ ਹੈਗੇ ਆ, 22 ਸਾਲ ਜਿਨ੍ਹਾਂ ਦੀ ਏਜ ਹੈ ਜਾਂ 20 ਸਾਲ 18 ਸਾਲ ਦੇ ਹੈ, ਕੀ ਕਾਰਨ ਮੰਨਦੇ ਹੋ ਕਿ ਇੰਨੇ ਯੂਥ ਜਿਹੜਾ ਇਹਦੇ ਵਿੱਚ ਇਨਵੋਲਵ ਹੈ ਜੀ? ਦੇਖੋ, ਆਮ ਤੌਰ 'ਤੇ ਦੇਖਣ 'ਚ ਆ ਰਿਹਾ ਰੀਸੈਂਟ ਕ੍ਰਾਈਮਸ 'ਚ ਜਿਹੜੇ ਇਸ ਤਰ੍ਹਾਂ ਦੇ ਯੂਥ ਦੀ ਕਾਫੀ ਜਿਹੜੀ ਮਾਤਰਾ ਹੈ ਉਹ ਆਉਣ ਨੂੰ ਦਿਖ ਰਹੀ ਹੈ। ਮੇਰੀ ਯੂਥ ਨੂੰ ਇਹੀ ਅਪੀਲ ਹੈ ਕਿ ਅਸੀਂ ਕ੍ਰਿਮੀਨਲ ਐਕਟੀਵਿਟੀਜ਼ ਦਾ ਅੰਤ ਹਮੇਸ਼ਾ ਬੁਰਾ ਹੁੰਦਾ ਹੈ, ਹੌਲੀ ਹੌਲੀ ਅਸੀਂ ਮੇਨ ਸਟ੍ਰੀਮ ਵੱਲ ਆਈਏ। ਪੰਜਾਬ ਸਰਕਾਰ ਵੱਲੋਂ ਇਹ ਵੀ ਅਨਾਊਂਸ ਕੀਤਾ ਗਿਆ ਕਿ ਪੁਲਿਸ ਦੀ ਭਰਤੀ ਹੁਣ ਸਾਲਾਨਾ ਹੋਇਆ ਕਰੇਗੀ, ਜਿਸ 'ਚ 1200 ਤੋਂ 1400 ਭਰਤੀ ਜਿਹੜੀ ਹੈ ਸਾਲਾਨਾ ਹੋਏਗੀ, ਬਜਾਏ ਕਿ 5 ਸਾਲ ਬਾਅਦ। ਤਾਂ ਯੂਥ ਨੂੰ ਇਹੀ ਅਪੀਲ ਹੈ, ਸਰਕਾਰ ਵੱਲੋਂ ਵੀ ਇਹੀ ਅਪੀਲ ਹੁਣ ਹੁੰਦੀ ਆ ਰਹੀ ਹੈ ਕਿ ਹੁਣ ਅਗਲੀ ਭਰਤੀ ਦੀ ਤਿਆਰੀ ਕਰੋ। ਪੰਜਾਬ ਪੁਲਿਸ ਦੀ ਵੀ ਭਰਤੀ ਵੱਡੀ ਮਾਤਰਾ ਵਿੱਚ ਹੋਣੀ ਹੈ ਅਤੇ ਅਸੀਂ ਗੇਨਫੁੱਲ ਤਰੀਕੇ ਨਾਲ ਆਪਣੇ ਯੂਥ ਨੂੰ ਯੂਜ਼ ਕਰੀਏ, ਨਾ ਕਿ ਕ੍ਰਿਮੀਨਲ ਐਕਟੀਵਿਟੀਜ਼ 'ਚ ਹਿੱਸਾ ਪਾ ਕੇ। ਔਰ ਮੈਮ, ਇਹ ਸਾਰੇ ਜਿਹੜੇ ਫੜੇ ਗਏ ਯੰਗਸਟਰ, ਇਹ ਸਾਰੇ ਸਲੰਮ ਬਸਤੀਆਂ ਦੇ ਜਿੱਦਾਂ ਬਸਤੀਆਂ ਦੇ ਹੈਗੇ ਆ ਜੀ, ਕੀ ਇਹਨਾਂ ਦੇ ਵਿੱਚ ਜਿਹੜਾ ਕੰਪੇਨ ਵੀ ਕੀਤੀ ਜਾ ਸਕਦੀ ਇਹਨਾਂ ਨੂੰ ਅਵੇਅਰ ਕਰਨ ਵਾਸਤੇ, ਸਮਝਾਉਣ ਵਾਸਤੇ ਜੀ? ਸਾਡੇ ਵੱਲੋਂ ਜੀ ਫਿਰੋਜ਼ਪੁਰ ਪੁਲਿਸ ਵੱਲੋਂ ਅਵੇਅਰਨੈਸ ਕੈਂਪੇਨਸ ਦਾ ਵੀ ਅਸੀਂ ਦੌਰ ਸ਼ੁਰੂ ਕਰਨ ਲੱਗੇ ਹਾਂ ਥੋੜ੍ਹੇ ਦਿਨਾਂ 'ਚ। ਅਸੀਂ ਚਾਹੁੰਦੇ ਹਾਂ ਪਹਿਲੇ ਅਸੀਂ ਜਿੰਨੇ ਵੀ ਕ੍ਰਿਮੀਨਲ ਐਕਟੀਵਿਟੀਜ਼ ਹੈ ਅਸੀਂ ਉਹਨਾਂ ਨੂੰ ਮੇਜਰ ਤੌਰ 'ਤੇ ਬੰਦ ਕਰ ਦਈਏ, ਉਸ ਤੋਂ ਬਾਅਦ ਅਵੇਅਰਨੈਸ ਵੀ ਸ਼ੁਰੂ ਕਰਾਂਗੇ। ਸਾਡੇ ਵੱਲੋਂ ਰੋਜ਼ਾਨਾ ਸਵੇਰੇ ਅਰਲੀ ਮਾਰਨਿੰਗ ਜਿਹੜੇ ਡਰੱਗ ਹੌਟਸਪੋਟਸ ਹੈ ਉਸ 'ਚ ਗਾਰਡਨ ਐਂਡ ਸਰਚ ਆਪਰੇਸ਼ਨਸ ਵੀ ਕੀਤੇ ਜਾ ਰਹੇ ਹੈ, ਜੋ ਕਿ ਸੀਕ੍ਰੇਟ ਤੌਰ 'ਤੇ ਕੀਤੇ ਜਾ ਰਹੇ ਹੈ। ਅਰਲੀ ਮਾਰਨਿੰਗ ਕਰਦੇ ਹਾਂ ਅਸੀਂ ਅਤੇ ਉਹਦਾ ਕਾਫੀ ਇੰਪੈਕਟ ਪੈ ਰਿਹਾ ਅਤੇ ਸਾਨੂੰ ਕਾਫੀ ਅੱਛੇ ਰਿਜ਼ਲਟ ਮਿਲ ਰਹੇ ਹੈ।